ਲੋ ਜੀ ਪਹੁੰਚ ਚੁੱਕੇ ਆ ਨਕੋਦਰ ਦਰਬਾਰ ਸਾਈਂ ਜੀ ਦੇ ਬਰਥਡੇ ਤੇ। ਹਾਂਜੀ ਕਿਵੇਂ ਰਿਹਾ ਸਫ਼ਰ ਫਿਰ? ਹੁਣ ਬਾਕੀ ਵਲੌਗ ਤੁਹਾਨੂੰ ਦਿਖਾਉਣੇ ਆ। ਬਾਬਾ ਜੀ ਦੇ ਬਰਥਡੇ ਤੇ ਪਹੁੰਚ ਚੁੱਕੀਆਂ ਨੇ ਸਰਕਾਰਾਂ, ਹੈਰੀ ਵੀਰ ਖੰਨੇ ਦੀ ਆਣ ਵਾਣ ਸ਼ਾਨ। ਅਕਸਰ ਤੁਸੀਂ ਗੌਤਮ ਜਲੰਧਰੀ ਭਾਅ ਜੀ ਉਹਨਾਂ ਨਾਲ ਸਟੇਜਾਂ ਤੇ ਦੇਖਿਆ ਹੋਣਾ। ਤਾਂ ਆਉਣੀਆਂ ਸਟਾਰਟ ਹੋ ਗਈਆਂ ਜੀ, 12:00 ਰਹਿੰਦੇ ਆ 7 ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸਾਡੇ ਸਾਈਂ ਦੇ ਜਨਮ ਦਿਨ ਤੇ। ਬਹੁਤ ਵਧੀਆ ਸਫ਼ਰ ਰਿਹਾ ਜੀ। ਗੱਲਾਂ 'ਚ ਹੈਰੀ ਭਾਈ ਨੇ ਦਿਲ ਲਾ ਕੇ ਰੱਖਿਆ, ਸਾਡਾ ਭਰਾ ਹੈਰੀ ਖੰਨੇ ਤੋਂ। ਅਸੀਂ ਸੁਣਨੇ ਸਾਂ ਸੁਣਨੇ ਸਾਂ ਰਸਤੇ 'ਚ ਆਉਂਦੇ ਸੀ, ਹੈਰੀ ਗੱਲ ਕਿਹੜੀ ਕਹੀ ਸੀ ਵਰਕਰ ਵਾਲੀ? ਉਹ ਸੁਣਾ ਦੇ ਵਰਕਰ ਵਾਲੀ ਨਹੀਂ ਨਹੀਂ ਹੈਰੀ ਭਾਜੀ ਇੱਕ ਵਾਰੀ ਨਹੀਂ ਨਹੀਂ ਸੁਣਾਵਾਂਗੇ ਜ਼ਰੂਰ ਸੁਣਾਵਾਂਗੇ। ਬੰਬ ਪਟਾਕੇ ਵੱਜਣੇ ਹੋ ਗਏ ਸਟਾਰਟ, ਮਿੰਟ ਰਹਿ ਗਏ 5 ਮਿੰਟ। ਲਓ ਜੀ 12 ਵੱਜ ਚੁੱਕੇ ਨੇ ਤੇ ਨਜ਼ਾਰਾ ਸਾਡੇ ਸਾਈਂ ਦੇ ਸ਼ਹਿਰ ਨਕੋਦਰ ਦਾ ਕਰੋ ਬਾਪੂ ਮਰਾਸ਼ਾ ਸਰਕਾਰ ਦਾ। ਕੀ ਬਾਤ ਹੈ ਜੀ, ਸਾਈਂ ਦੇ ਸ਼ਹਿਰ ਨਕੋਦਰ ਮੇਲਾ ਲੱਗ ਚੁੱਕਿਆ। ਹਾਂਜੀ ਹੈਰੀ ਖੰਨਾ ਜੀ, ਲਓ ਜੀ ਦੇਖੋ ਨਜ਼ਾਰਾ ਮੇਰੇ ਸਾਈਂ ਦੇ ਸ਼ਹਿਰ ਨਕੋਦਰ ਪਹੁੰਚ ਚੁੱਕੇ। ਸਾਈਂ ਜੀ ਦਾ ਜਨਮ ਦਿਨ ਦੀਆਂ ਸਾਰਿਆਂ ਨੂੰ ਮੁਬਾਰਕਾਂ। ਪਹੁੰਚ ਚੁੱਕੇ ਜੀ, ਬਹੁਤ ਅਦੂ ਅਦ ਨਜ਼ਾਰਾ ਸਰਕਾਰ ਦਾ। ਦੇਖੋ ਜੀ ਅਦੂ ਵੱਧ ਨਜ਼ਾਰਾ ਸਾਡੇ ਦਰਬਾਰ ਦਾ, ਸਾਈਂ ਲਾਡੀ ਸ਼ਾਹ ਸਰਕਾਰ ਦੇ ਦਰਬਾਰ ਦਾ ਨਜ਼ਾਰਾ। ਇਹ ਨਜ਼ਾਰਾ ਸਾਡੇ ਸਾਈਂ ਦੇ ਸ਼ਹਿਰ ਹੈ। ਸਰਕਾਰ ਦਾ ਬਹੁਤ ਸੱਚੇ ਦਰਬਾਰ ਕੀ ਜਾ ਕਰੋ ਦਰਸ਼ਨ ਜੀ ਸਾਈਂ ਜੀ ਦੇ ਦਰਬਾਰ ਦੇ। ਮੁਬਾਰਕਾਂ ਜੀ ਸਾਈਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਸਾਰਿਆਂ ਨੇ ਜੀ। ਬਹੁਤ ਸੰਗਤ ਪਹੁੰਚੀ ਆ ਜੀ ਮੇਰੇ ਸਾਈਂ ਸਰਕਾਰ। ਦਰਬਾਰ ਦੀ
ਲਓ ਜੀ ਸਵੇਰ ਦੇ ਵੱਜ ਚੁੱਕਿਆ 7 ਤੇ ਅਸੀਂ ਟੇਕ ਲਿਆ ਮੱਥਾ ਕਰਦੇ ਆ ਜੀ ਜੈ ਮਸਤਾਂ ਦੀ ਅਲਵਿਦਾ ਹੈਰੀ ਭਾ ਭਾਈ ਖੰਨੇ ਤੋਂ ਆਏ ਹੋਏ ਨੇ ਜੈ ਸਾਈਆਂ ਦੀ ਮੱਥਾ ਟੇਕ ਲਿਆ ਬਹੁਤ ਵਧੀਆ ਦਰਸ਼ਨ ਰਹੇ ਹਾਂਜੀ ਹਾਂਜੀ ਨਜ਼ਾਰਾ ਆ ਗਿਆ ਸਾਈ ਦੇ ਬਰਥਡੇ ਦਾ ਠੀਕ ਹੈ ਜੀ